ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਮੈਂ ਕਰ ਰਿਹਾ ਹੈਗਾ 10 ਜੋਤਾਂ ਦੇ ਬਾਰੇ ਵਿਆਖਿਆ ਅਤੇ ਮੇਰੀ ਕਿਤਾਬ ਹੈਗੀ ਕੱਖ ਖੋਲੇ ਲੱਖ ਅਤੇ ਉਹਦਾ ਚੈਪਟਰ ਹੈਗਾ ਬਣਦਾ ਚੌਥਾ ਅਤੇ ਹੌਲੀ ਹੌਲੀ ਉਹਦੇ ਨਾਲ ਵੀਡੀਓ ਵੀ ਪਾ ਦੇਣਾ ਨਾਲ ਉਹਦੇ ਟੈਕਸਟ ਵੀ। ਕਿਸੇ ਨੂੰ ਜੇ ਕਿਤਾਬ ਬਣਾਉਣੀ ਹੋਵੇ ਅਤੇ ਕੋਈ ਕਾਪੀ ਰਾਈਟ ਨਹੀਂ ਹੈਗਾ ਅਤੇ ਤੁਸੀਂ ਇਹਦੀ ਕਿਤਾਬ ਬਣਾ ਸਕਦੇ ਹੋ। ਹੁਣ 6 ਕਿਸਮਾਂ ਦੇ ਆਦਮੀ ਦੁਨਿਆਵੀ ਹੁੰਦੇ ਹਨ ਅਤੇ 7ਵੇਂ ਹੁੰਦੇ ਹਨ ਦੁਬਿਧਾ ਤੋਂ ਰਹਿਤ ਭਗਤ ਜਾਂ ਅਕਾਲ ਪੁਰਖ ਦੇ ਕੰਮ ਕਰਨ ਵਾਲੇ ਡੰਡੋਰਚੀ ਕਾਮੇ, ਜਿਵੇਂ ਕਿ ਹੁੰਦੇ ਸੀ ਪਿਛਲੇ ਯੁੱਗਾਂ ਵਿੱਚ ਬ੍ਰਾਹਮਣਾਂ ਦੇ। ਬ੍ਰਾਹਮਣ ਵੀ ਜਿਹੜੇ ਹੁੰਦੇ ਸੀ ਉਹਨਾਂ ਕੋਲ ਵੀ ਹੁੰਦਾ ਸੀ ਨਾਮ, ਜਿੱਦਾਂ ਲਾਲਚੀ ਹੋਵੇ ਤਾਂ ਨਾਮ ਅਕਾਲ ਪੁਰਖ ਨੇ ਲੈ ਲਿਆ ਇਹਨਾਂ ਤੋਂ। ਇਹਨਾਂ ਨੂੰ ਯਹੂਦੀਆਂ ਦੇ ਮਨੋਰੇ ਦੀਆਂ 7 ਬੱਤੀਆਂ ਰਾਹੀਂ ਸਮਝਾਇਆ ਹੈ। ਡੇਵਿਡ ਦੇ 6 ਕੋਨੀ ਨਿਸ਼ਾਨ ਦੁਨਿਆਵੀ 6 ਕਿਸਮਾਂ ਦੇ ਕਰਮਾਂ ਅਨੁਸਾਰ ਆਦਮੀਆਂ ਬਾਰੇ ਹਨ। ਜਿਹੜੇ ਹੈਗਾ 2 ਹੈਗੇ 6 ਕੋਨੇ ਦੇ ਹੈਗਾ, ਜਿਹੜਾ ਸਟਾਰ ਹੈਗਾ 2 ਹੈਗੀਆਂ ਤਿਕੋਨਾ, ਜਿਹੜੀਆਂ ਇੱਕ ਦੇ ਉਲਟੀ ਇੱਕ ਉਲਟੀ ਇੱਕ ਸਿੱਧੀ ਹੈਗੀ। ਅਤੇ ਜਿਹੜੇ ਆਪਾਂ ਕੰਮ ਕਰੀਦੇ ਨੇ ਸੋਸ਼ਲ ਇਕਨੋਮਿਕਲ ਅਤੇ ਪੋਲੀਟੀਕਲ, ਇਹਦੇ ਕੋਈ ਸਿੱਧੇ ਕਰਦਾ ਕੋਈ ਬੁਰੇ, ਜਿਹੜਾ ਬੁਰੇ ਕਰਦਾ ਉਹਦੀ ਤਿਕੋਨ ਜਿਹੜੀ ਦੂਜੀ ਹੈਗੀ, ਅਤੇ ਜਿਹੜੇ ਸਿੱਧੇ ਕਰਦੇ ਉਹਦੀ 1 ਹੈਗੀ। ਯਾਨੀ ਕਿ ਗਬਲੀ ਬੱਤੀ ਜਿਹੜੀ 7ਵੀਂ ਹੈਗੀ ਉਹਦੇ ਆਲੇ ਦੁਆਲੇ ਹੁੰਦੀਆਂ ਨੇ, ਅਤੇ ਇਹਦਾ ਮਤਲਬ ਵੀ ਜਿਹੜਾ ਹੈਗਾ ਉਹ ਬਿਜਲੀ ਗਬਲੀ ਬੱਤੀ ਅਕਾਲ ਪੁਰਖ ਦੀ ਹੁੰਦੀ ਹੈਗੀ ਅਤੇ ਉਹਦੇ ਆਲੇ ਦੁਆਲੇ ਹੈਗੇ ਦੋਨੋਂ ਤਿੰਨ ਤਿੰਨ। ਇਸ ਲਈ 6 ਹੀ ਸਤਿਗੁਰੂ ਹੋਏ ਹਨ। ਅਤੇ 4 ਵਰਨਾਂ ਦੇ ਅਨੁਸਾਰ 4 ਹੀ ਸੱਚੇ ਪਾਤਸ਼ਾਹ। 6 ਕਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਫਿਰ ਭਗਤ 4ਥੇ ਪਦ ਦੇ ਆਦਮੀ ਹੁੰਦੇ ਹਨ ਅਤੇ ਇਸ ਪਦ ਉੱਤੇ ਕਿਵੇਂ ਪੁੱਜਣਾ ਹੈ ਉਹ 4 ਲਾਵਾਂ ਵਿੱਚ ਵਰਣਨ ਕੀਤਾ ਹੋਇਆ ਹੈ। ਇਹ 4 ਪਦ ਹੁਣ ਹੋਮੇ ਮਨ ਬੁੱਧੀ ਅਤੇ ਚਿੱਤ ਬਿਰਤੀਆਂ ਅਤੇ ਇਹਨਾਂ ਦਾ 1 ਬਿਰਤੀ ਤੋਂ ਦੂਜੀ ਬਿਰਤੀ ਉੱਤੇ ਤੱਕ ਬਿਰਤੀ ਉੱਤੇ ਤੱਕ ਲੈ ਜਾਣ ਲਈ ਹਨ 4 ਲਾਵਾਂ। ਭਾਵ ਕਿ ਜਿਵੇਂ ਖੂਹ ਵਿੱਚੋਂ ਪਾਣੀ ਕੱਢਣ ਲਈ ਲਾਂ ਦੀ ਵਰਤੋਂ ਕਰੀਦੀ ਹੈ, ਇਵੇਂ ਹੀ ਸਤਿਗੁਰੂ ਨਾਨਕ ਦੇਵ ਜੀ ਤੋਂ ਅਗਲੇ 4 ਸਤਿਗੁਰੂ ਤੁਹਾਨੂੰ 1 ਬਿਰਤੀ ਤੋਂ ਦੂਜੀ ਬਿਰਤੀ ਉੱਤੇ ਤੱਕ ਜਾਣ ਲਈ ਬਾਣੀ ਉਚਾਰਦੇ ਹਨ ਅਤੇ ਅਗਲੀ ਬਿਰਤੀ ਦਾ ਤਵਾਰਫ ਵੀ ਕਰਾਉਂਦੇ ਹਨ। ਯਾਦ ਰੱਖੋ ਕਿ ਸਤਿਗੁਰੂ ਨਾਨਕ ਦੇਵ ਜੀ ਮਸੀਹ ਈਸਾ ਜੀ ਵਾਂਗ ਮਾਂ ਦੇ ਗਰਭ ਵਿੱਚ ਹੀ 4ਥੇ ਪਦ ਦੇ ਸਨ। ਇਹ ਅਨੋਇੰਟਿਡ ਸੀ ਨਾ ਨਾਨਕ ਵੀਰ, ਇਸ ਕਰਕੇ ਇਹ ਦੂਜੇ ਅਤੇ ਸਭ ਤੋਂ ਵੱਡੇ ਅਨੋਇੰਟਿਡ ਕ੍ਰਾਈਸਟ ਹੋਏ ਹਨ। ਪੌੜੀ ਸ੍ਰੀ ਰਾਗ ਕੀ ਵਾਰ ਮਹੱਲਾ, ਕੀਤਾ ਲੋੜੀਏ ਕੰਮ ਸੋ ਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰੂ ਸੱਚ ਸਾਖੀਏ। ਜੇ ਹਰ ਪੇ ਆਖੀਏ, ਜੇ ਹਰ ਦੇ ਨਾਲ ਤੁਸੀਂ ਚੱਲਣਾ ਉਹਦੇ ਕਹਿਣਾ ਹੈ ਤਾਂ ਕਾਰਜ ਦੇ ਸਵਾਰ ਸਤਿਗੁਰੂ ਸੱਚ ਸਾਖੀਏ, ਉਹਦੀ ਸਾਖੀ ਨਾਲ ਚੱਲੋ, ਜਿਹੜੀ ਉਹਦੀ ਸਿੱਖਿਆ ਹੈਗੀ ਸਤਿਗੁਰੂ ਦੀ ਉਹਦੇ ਮੁਤਾਬਿਕ ਚੱਲੋ ਤਾਂ ਫਿਰ ਤੁਸੀਂ ਕੰਮ ਰਾਸ ਹੋਣਗੇ। ਉਹਦੇ ਮੁਤਾਬਿਕ ਚੱਲਣ ਨੂੰ ਕਹੀਦਾ ਇਨਸ਼ਾ ਅੱਲਾ।
ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਏ। ਸੰਤਾਂ ਦੇ ਨਾਲ ਜੇ ਉਹਨਾਂ ਤੁਸੀਂ ਰਹੋ ਤੇ ਉਹਨਾਂ ਤੋਂ ਅੰਮ੍ਰਿਤ ਛਕੋਗੇ, ਚੱਕੋ ਇਹ ਲਵੋਗੇ ਅੰਮ੍ਰਿਤ, ਨਾ ਬਾਣੀ ਅੰਮ੍ਰਿਤ। ਬਹਿ ਬੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਏ। ਅਲੱਖ ਜਿਹੜਾ ਲਿਖਿਆ ਨਹੀਂ ਜਾਂਦਾ, ਪ੍ਰਭ ਲਾਖੀਏ ਵੀ ਤੁਸੀਂ ਉਹ ਲਿਖਣ ਦੇ ਕਾਬਲ ਹੋ ਜਾਓਗੇ। ਹੁਣ ਸੁਣੇ ਤੁਸੀਂ ਦਸਾਂ ਜੋਤਾਂ ਦਾ ਵੇਰਵਾ। ਸਤਿਗੁਰੂ ਨਾਨਕ ਦੇਵ ਜੀ, ਇਹ ਕਲਯੁਗ ਦੇ ਦੂਜੇ ਅਨੋਇੰਟਿਡ ਕ੍ਰਾਈਸਟ ਜਾਂ ਸਤਿਗੁਰੂ ਹੋਏ ਹਨ। ਅਤੇ ਜਿਵੇਂ ਕਿ ਛੋਟੀ ਬਿਮਾਰੀ ਦੇ ਇਲਾਜ ਲਈ ਪਹਿਲਾਂ ਛੋਟਾ ਹੀ ਡਾਕਟਰ ਹੁੰਦਾ ਹੈ, ਅਤੇ ਵੱਡੀ ਬਿਮਾਰੀ ਲਈ ਡਾਕਟਰ ਵੀ ਵੱਡਾ ਹੀ ਚਾਹੀਦਾ ਹੈ, ਇਵੇਂ ਮਸੀਹ ਈਸਾ ਜੀ ਦੇ ਮਰੀਜ਼ ਵੀ ਇੰਨੇ ਖਰਾਬ ਨਹੀਂ ਸਨ ਜਿੰਨੇ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਸਨ। ਉਸ ਵੇਲੇ ਰੋਮ ਦਾ ਪੋਪ ਧਨ ਅਤੇ ਦੁਨਿਆਵੀ ਰਾਜ ਵਿੱਚ ਰੁੱਝਿਆ ਹੋਇਆ ਸੀ। ਸ਼ੈਤਾਨ ਦਾ ਮਸੀਹ ਈਸਾ ਜੀ ਨੂੰ ਤੀਸਰਾ ਲਾਲਚ ਕੇਤੂ ਅਕਾਲ ਪੁਰਖ ਦੇ ਨਾਮ ਨੂੰ ਛੱਡ ਅਤੇ ਦੁਨਿਆਵੀ ਰਾਜ ਭਾਗ ਲੈ, ਅਤੇ ਜਿਹੜਾ ਉਹਦੇ ਨਾਲ ਸਹਿਮਤ ਨਹੀਂ ਸੀ ਹੁੰਦਾ ਤਾਂ ਉਸ ਨੂੰ ਉਹ ਮਰਵਾ ਦਿੰਦਾ ਸੀ। ਇਹੋ ਹੀ ਤੁਰਕੂ ਬਨੌਟੀ ਮੁਸਲਮਾਨ ਅਤੇ ਮੁੱਲਾ ਕਰਦੇ ਸਨ। ਪੰਜਾਬ ਵਿੱਚ ਇਹੋ ਹੀ ਕਰਦੇ ਸੀ ਕਿ ਮੁੱਲਾ ਦੇ ਜਿਹੜਾ ਨਹੀਂ ਸੀ ਉਹਨੂੰ ਮਰਵਾ ਦਿੰਦੇ ਸੀ। ਮਸੀਹ ਈਸਾ ਜੀ ਇੱਕ ਮਹਾਨ ਸੇਵਾਦਾਰ ਸੀ, ਪਰ ਪੋਪ ਇੱਕ ਮਹਾਨ ਹੁਕਮਰਾਨ ਬਣ ਗਿਆ। ਮੁੱਲਾ ਕਹਿੰਦੇ ਨੇ ਇਨਸ਼ਾਲਾ, ਜਿਸ ਵਿੱਚ ਹੁੰਦਾ ਹੈ ਅਸਲੀ ਮੁਸਲਮਾਨ, ਪਰ ਆਪਣੇ ਫਤਵਿਆਂ ਨਾਲ ਕਰਦੇ ਹਨ ਇਨਸ਼ਮੁੱਲਾ, ਜਿਸ ਵਿੱਚ ਬਣਦਾ ਹੈ ਨਕਲੀ ਮੁਸਲਮਾਨ। ਭਾਵ ਕਿ ਦੁਨੀਆ ਵਿੱਚ ਕੂੜ ਅਤੇ ਮਖਾਰੀ ਜ਼ੋਰਾਂ ਵਿੱਚ ਸੀ, ਇਸ ਲਈ ਇਸ ਕੂੜ ਦੀ ਧੁੰਦ ਜਿਹੜੀ ਕਿ ਰਾਤ ਕਲਯੁਗ ਨੂੰ ਬਣਦੀ ਹੈ ਦੇ ਅੰਧੇਰੇ ਨੂੰ ਦੂਰ ਕਰਨ ਲਈ ਸੱਤ ਦੇ ਸੂਰਜ ਸਤਿਗੁਰੂ ਦੀ ਬੜੀ ਜ਼ਰੂਰਤ ਹੁੰਦੀ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਆਉਣ ਦਾ ਮਕਸਦ ਸਿੱਧ ਗੋਸ਼ਟ ਵਿੱਚ ਸਪਸ਼ਟ ਕੀਤਾ ਹੈ, ਅਤੇ ਹੋ ਰਹੇ ਉਲਟੇ ਕੰਮਾਂ ਉੱਤੇ ਖੂਬ ਜ਼ੋਰ ਦਿੱਤਾ ਹੈ। ਭਾਵ ਕਿ ਆਪਣੇ ਆਪ ਨੂੰ ਕਹਿੰਦੇ ਸਨ ਮੁਸਲਮਾਨ, ਪਰ ਰਹਿਮ ਦਿਲੀ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਹੁੰਦਾ। ਹੁਣ ਹਕੀਕਤ ਜਾਣਨ ਲਈ ਤੁਹਾਨੂੰ ਸੱਤ ਦਾ ਗਿਆਨ ਹੋਣਾ ਜ਼ਰੂਰੀ ਹੈ, ਅਤੇ ਇਹ ਸੱਤ ਪੁਰਖ ਤੋਂ ਹੀ ਮਿਲਦਾ ਹੈ। ਸੱਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸੁਖ ਉਧਰੇ, ਤਿਸਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਉ। ਸੱਤ ਪੁਰਖ ਕਿਵੇਂ ਜਾਣੀਏ? ਉਸ ਦਾ ਤਰੀਕਾ ਦੂਜੇ ਸਤਿਗੁਰੂ ਅੰਗਦ ਦੇਵ ਜੀ ਨੇ ਇੰਜ ਦੱਸਿਆ ਹੈ। ਸੂਹੀ ਮਹੱਲਾ ਚੌਥਾ, ਇਹ ਚਾਰ ਲਾਵਾਂ ਜਿਹੜੀਆਂ ਉਹਦੇ 'ਚ ਦੱਸਿਆ ਵੀ ਕਿੱਦਾਂ ਇਹਨੂੰ ਸਤਿਗੁਰੂ ਨੂੰ ਪਾਈਏ। ਹੋਮੇ ਨੂੰ ਮਾਰੋ ਤੇ ਤਦ ਸੁਰਤੀ ਆਓ ਤੇ ਫਿਰ ਸਤਿਗੁਰੂ ਪਾਓਗੇ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਪ੍ਰਵਿਰਤੀ ਕਹਿੰਦਾ ਸੋਸ਼ਲ, ਜਿਹੜਾ ਦੁਨਿਆਵੀ ਕੰਮ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਕਹਿੰਦੇ ਵੀ ਬਾਣੀ ਜਿਹੜੀ ਬਵਿਤਾ ਜਾਏਗੀ ਉਹਨੂੰ ਦੇਖੋ, ਉਹਨੂੰ ਦ੍ਰਿੜੋ ਯਾਨੀ ਕਿ ਉਹਨੂੰ ਸਮਝੋ, ਅਤੇ ਜਿਹੜਾ ਪਾਪ ਹੈਗਾ ਉਹ ਫਿਰ ਤਜ ਜਾਂਦਾ ਹੈਗਾ, ਯਾਨੀ ਪਾਪ ਤੋਂ ਛੁਟਕਾਰਾ ਹੋ ਜਾਂਦਾ ਹੈਗਾ। ਇਹ ਜਿਹੜਾ ਹਿੰਦੂਇਜ਼ਮ ਵਿੱਚ ਹੈਗਾ ਪਾਪ ਤੇ ਪੁੰਨ ਦਾ ਹੈਗਾ, ਲੇਕਿਨ ਸਿੱਖੀ 'ਚ ਪਾਪ ਪੁੰਨ ਨਹੀਂ ਹੁੰਦਾ। ਇਹਦੇ 'ਚ ਹੁੰਦਾ ਕੂੜ, ਜਿਹੜਾ ਕਿ ਮਾਖਿਓ ਮਿੱਠਾ ਅਤੇ ਡੋਬਦਾ ਵੀ ਕੂੜ ਹੈਗਾ। ਧਰਮ ਦੇ ਡੋ ਹਰ ਨਾਮ ਦਿਆਵੋ,
ਵੀ ਆਪਣਾ ਜਿਹੜਾ ਧਰਮ ਹੈਗਾ ਉੱਥੋਂ ਜਿਹੜਾ ਹੈਗਾ ਵੇਦਾਂ 'ਚ ਪੜ੍ਹਿਆ ਉਹਨੂੰ ਜਿਹੜੇ ਉਹਨੂੰ ਉਹਨੂੰ ਪ੍ਰੈਕਟੀਕਲ ਸ਼ੇਪ ਦਿਓ, ਉਹਨੂੰ ਉਹਦੇ ਉੱਤੇ ਚੱਲੋ। ਹਰ ਨਾਮ ਧਿਆਵੋ ਸਿਮਰਤ ਨਾਮ ਦੜਾਇਆ, ਸਤਿਗੁਰ ਗੁਰ ਪੂਰਾ ਅਰਾਧੋ। ਸਤਿਗੁਰ ਜਿਹੜਾ ਹੈਗਾ ਉਹ ਤੁਹਾਡਾ ਅੰਤਰ ਜਿਹੜਾ ਗੁਰੂ ਹੈਗਾ ਉਹਨੂੰ ਸਤਿਗੁਰੂ ਕਹੀਦਾ, ਉਹਨੂੰ ਅਰਾਧੋ। ਇਹ ਨਹੀਂ ਕਿ ਕੋਈ ਬਾਹਰਲਾ ਜਿੱਦਾਂ ਪਖੰਡੀ ਕੋਈ ਆ ਜਾਂਦਾ ਕੱਪੜੇ ਪਾ ਕੇ ਉਹਨੂੰ ਨਾ ਅਰਾਧੋ। ਸਭ ਕਿਲ ਵਿਖ ਪਾਪ ਗੁਆਇਆ, ਤਦ ਤੁਹਾਡੇ ਪਾਪ ਜਿਹੜੇ ਹੈਗੇ ਨੇ ਇਹ ਸਾਰੇ ਉਤਰ ਜਾਂਦੇ ਨੇ, ਯਾਨੀ ਕਿ ਤੁਸੀਂ ਪਾਪਾਂ ਦੇ ਅਧੀਨ ਨਹੀਂ ਰਹਿੰਦੇ। ਇਹਨੂੰ ਕਹੀਦਾ ਅੰਗਰੇਜ਼ੀ 'ਚ, ਨੋ ਮੋਰ ਸਲੇਵ ਟੂ ਸਿਨ ਬਟ ਟੂ ਰਾਈਟੀਅਸਨੈਸ। ਇਸ ਲਈ ਬਾਈਬਲ ਜੇ ਤੁਸੀਂ ਪੜ੍ਹੋ ਤਾਂ ਤੁਹਾਨੂੰ ਇਹਦਾ ਜਿਹੜੇ ਪਹਿਲਾ ਹੈਗਾ ਨਾ ਤੁਆਰਫ ਉਹ ਸਮਝ ਆ ਜਾਏਗਾ। ਸਹਿਜ ਆਨੰਦ ਹੁਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਜੋ ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਯਾਨੀ ਕਿ ਇਹਦੇ ਨਾਲ ਸ਼ੁਰੂ ਹੁੰਦੀ ਸਿੱਖੀ, ਸਿੱਖੀ ਦਾ ਜਿਹੜਾ ਧੁਰਾ ਹੈਗਾ ਇਹ ਪਹਿਲੀ ਲਾਮ ਹੈਗੀ। ਅਤੇ ਇਸੇ ਲਈ ਸਤਿਗੁਰੂ ਅੰਗਦ ਦੇਵ ਜੀ ਨੇ ਇਹਦੇ ਇਹਨੂੰ ਮੁਤਾਬਿਕ ਕੰਮ ਕੀਤਾ ਹੈਗਾ। ਅਤੇ ਫਿਰ ਜਿਹੜਾ ਹੈਗਾ ਮਨ ਦੀ ਤੀਜੀ ਅੱਖ ਖੁੱਲ੍ਹਦੀ ਹੈ ਅਤੇ ਫਿਰ ਤੁਹਾਨੂੰ ਚਾਬੀ ਮਿਲਦੀ ਹੈਗੀ ਅਕਾਲ ਪੁਰਖ ਦੇ ਖਜ਼ਾਨੇ ਦੀ। ਅਤੇ ਹੋਰ ਬਾਕੀ ਤੁਹਾਡੇ ਵੀ ਕ੍ਰਿਟਿਸਿਜ਼ਮ ਚਾਹੀਦਾ ਹੈਗਾ, ਅਤੇ ਜੇ ਕੋਈ ਹੋਰ ਚੀਜ਼ ਹੈਗੀ ਤਾਂ ਦੱਸ ਦਿਆ ਜੇ।